मतलब अनइमेजिनेबल, क्या मुंडे ने काम किया है, क्या फिल्म बनाई है, क्या स्क्रीन प्ले है। और एक साडा जो यूनिट सी अंग्रेज़ कैमरामैन सी, अंग्रेज़ लाइट वाले सारे गोरी सी। ओ सत श्री अकाल, की हाल है भाई जी, होर ठीक ठाक हो? वो गाने गा रहे हैं सिद्धू मूसेवाले। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਟੇਸ਼ਨ ਤੇ ਤੁਹਾਡੇ ਨਾਲ ਹਾਂ ਸਿਮਰਨ ਹੰਸ। ਤੇ ਅੱਜ ਅਸੀਂ ਪ੍ਰੀਮੀਅਰ ਤੇ ਪਹੁੰਚੇ ਹਾਂ ਰੇਂਜ ਰੋਡ 290 ਫਿਲਮ ਦੇ। ਤਾਂ ਇਹ ਰੇਂਜ ਰੋਡ ਦਾ ਮਤਲਬ ਵੀ ਇਹਨਾਂ ਨੇ ਦੱਸਿਆ ਹੋਇਆ ਨਾਲ ਵੀ ਸਾਡੇ ਇੱਧਰ ਪਿੰਡਾਂ ਵਾਲੀਆਂ ਸੜਕਾਂ ਨੂੰ ਰੇਂਜ ਰੋਡ ਕਹਿੰਦੇ ਨੇ। ਤੇ ਇਹ ਇਹਨਾਂ ਨੇ ਕੈਲਗਰੀ ਦੀ ਗੱਲ ਕੀਤੀ ਹੈ, ਕੈਨੇਡਾ ਦੇ ਕੈਲਗਰੀ ਦੀ ਗੱਲ ਕੀਤੀ ਹੈ। ਤੇ ਉੱਥੇ ਰੇਂਜ ਰੋਡ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਕਹਿੰਦੇ ਨੇ। ਤੇ ਇੱਥੇ ਜਿਹੜੀ ਸਟੋਰੀ ਹੈ, ਦੋ ਡਰੱਗ ਡੀਲਰਸ ਦੀ ਸਟੋਰੀ ਹੈ, ਦੋਸਤ ਵੀ ਨੇ। ਤੇ ਸਟੋਰੀ ਦੇ ਕਹਿਤੇ ਫਿਲਮ ਜਿਹੜੀ ਹੈ ਹੁਣ ਆਪਾਂ ਦੇਖਣੀ ਹੈ। ਤੇ ਆਡੀਅੰਸ ਨੂੰ ਵੀ ਪੁੱਛਾਂਗੇ ਕਿ ਫਿਲਮ ਉਹਨਾਂ ਨੂੰ ਕਿਹੋ ਜਿਹੀ ਲੱਗੀ ਹੈ। ਤੇ ਆਓ ਚੱਲਦੇ ਹਾਂ ਪ੍ਰੀਮੀਅਰ ਵੱਲ, ਜਿਨੀ ਸਟਾਰ ਕਾਸਟ ਆਊਗੀ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਸੋ ਮੇਰੇ ਨਾਲ ਹੁਣ ਅੰਬਰਦੀਪ ਸਿੰਘ ਗਿੱਲ ਅਤੇ ਹਰਵਿੰਦਰ ਭੁੱਲਰ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ, ਤੁਸੀਂ ਦੱਸੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਅੱਛਾ, ਆਪਾਂ ਰੇਂਜ ਰੋਡ ਫਿਲਮ ਦੇਖਣ ਆਏ ਹਾਂ ਤਾਂ ਮੈਂ ਨਾ ਇੱਕ ਪੋਸਟਰ 'ਤੇ ਲਾਈਨ ਪੜ੍ਹ ਰਹੀ ਸੀ ਵੀ ਸਾਡੇ ਇੱਧਰ ਪਿੰਡਾਂ ਵਾਲੀਆਂ ਸੜਕਾਂ ਨੂੰ ਰੇਂਜ ਰੋਡ ਕਹਿੰਦੇ ਨੇ, ਕੀ ਉਹ? ਮੈਂ ਵੀ ਪੁੱਛੀ ਸੀ ਇਹੀ ਗੱਲ ਵੀ ਇਹ ਰੇਂਜ ਰੋਡ ਦਾ ਕੀ ਮਤਲਬ ਆ। ਉਹ ਕਹਿੰਦੇ ਵੀ ਐਡਰੈਸ ਆ ਇਹ, ਮਤਲਬ ਜਿਹੜੀਆਂ ਸੜਕਾਂ ਮੇਨ ਰੋਡ ਤੋਂ ਪਿੰਡਾਂ 'ਚ ਜਾਂਦੀਆਂ ਨਾ ਕਨੇਡਾ 'ਚ, ਉਹਨਾਂ ਸੜਕਾਂ ਨੂੰ ਰੇਂਜ ਰੋਡ ਕਿਹਾ ਜਾਂਦਾ। ਇਸ ਕਰਕੇ ਉਹ ਮੈਂ ਉਹਨਾਂ ਨੂੰ ਜਦੋਂ ਪੁੱਛਿਆ, ਮੈਨੂੰ ਲੱਗਦਾ ਉਹਨਾਂ ਨੇ ਮੇਰੇ ਤੋਂ ਹੀ ਸੁਣ ਕੇ ਉਹਨਾਂ ਨੇ ਆਖਿਆ ਵੀ ਜੇ ਇਹਨੂੰ ਨਹੀਂ ਪਤਾ ਰੇਂਜ ਰੋਡ ਦਾ ਅਰਥ ਕੀ ਆ ਤਾਂ ਦੂਜਿਆਂ ਨੂੰ ਵੀ ਨਹੀਂ ਪਤਾ ਲੱਗਣਾ। ਇਸ ਕਰਕੇ ਉਹਨਾਂ ਨੇ ਆਪਣਾ ਟਾਈਟਲ ਦੇ ਅਰਥ ਸਮਝਾਉਣ ਖਾਤਰ ਹੀ ਲਿਖਤਾ। ਹਾਂਜੀ ਹਾਂਜੀ, ਸਾਡੇ ਇੱਧਰ ਨਹੀਂ, ਉਹ ਕਨੇਡਾ ਦੇ ਉੱਧਰ ਜਿਹੜੀਆਂ ਪਿੰਡਾਂ ਵਾਲੀਆਂ ਸੜਕਾਂ ਉਹਨਾਂ ਨੂੰ ਰੇਂਜ ਰੋਡ ਕਹਿੰਦੇ ਆ। ਅੱਛਾ ਸਰ, ਟ੍ਰੇਲਰ ਆਪਾਂ ਸਾਰਿਆਂ ਨੇ ਵੇਖਿਆ ਅਤੇ ਉਹਨੂੰ ਵੇਖ ਕੇ ਵੀ ਇੱਕ ਹਾਲੀਵੁੱਡ ਟਾਈਪ ਜੀ ਫੀਲਿੰਗ ਆਉਂਦੀ ਹੈ, ਤੁਹਾਨੂੰ ਕੀ ਗੱਲਬਾਤ ਖਾਸ ਲੱਗੀ ਹੈ ਟ੍ਰੇਲਰ? ਗੱਲਬਾਤ, ਪਹਿਲੀ ਗੱਲ ਤਾਂ ਵੀ ਸਾਡੇ ਸੱਜਣਾਂ ਦੀ ਫਿਲਮ ਆ, ਸਾਡੇ ਦੋਸਤਾਂ ਦੀ ਫਿਲਮ ਆ, ਉਹਨਾਂ ਨੇ ਜੇ ਬਣਾਈ ਹੈ ਤਾਂ ਸਾਡਾ ਵੇਖਣਾ ਅਤੇ ਉਹਨੂੰ ਸਪੋਰਟ ਕਰਨਾ ਫਰਜ਼ ਬਣਦਾ ਜੀ। ਸੋ ਪੰਜਾਬੀ ਸਿਨੇਮੇ 'ਚ ਅਕਸਰ ਆਪਾਂ ਕਹਿ ਦਿੰਦੇ ਵੀ ਇੱਕੋ ਤਰ੍ਹਾਂ ਦੀਆਂ ਫਿਲਮਾਂ ਟਾਈਪਡ ਬਣਦੀਆਂ ਨੇ, ਤਾਂ ਜੇ ਕਿਸੇ ਬੰਦੇ ਨੇ ਵੱਖਰੀ ਤਰ੍ਹਾਂ ਦੀ ਫਿਲਮ ਬਣਾਈ ਹੈ, ਵੱਖਰਾ ਸਬਜੈਕਟ ਵੱਖਰੇ ਟ੍ਰੀਟਮੈਂਟ ਨਾਲ ਬਣਾਈ ਹੈ, ਤਾਂ ਉਹਨੂੰ ਵੇਖਣਾ ਅਤੇ ਉਹਨੂੰ ਸਪੋਰਟ ਕਰਨਾ ਸਾਡੇ ਸਾਰੇ ਪੰਜਾਬੀਆਂ ਦਾ ਫਰਜ਼ ਹੈ, ਇਸੇ ਕਰਕੇ ਅਸੀਂ ਇਹਦੇ ਵਾਸਤੇ ਆਏ ਹਾਂ। ਵੈਸੇ ਸਰ, ਟ੍ਰੇਲਰ ਨੂੰ ਦੇਖ ਕੇ ਇਹ ਗੱਲ ਪਤਾ ਲੱਗ ਗਈ ਕਿ ਫਿਲਮ ਦਾ ਜਿਹੜਾ ਕਨਸੈਪਟ ਹੈ ਅਤੇ ਫਿਲਮ 'ਤੇ ਜੋ ਵੀ ਚੀਜ਼ਾਂ ਕੀਤੀਆਂ ਗਈਆਂ ਨੇ ਕਾਫੀ ਮੇਨ ਲੀਡ ਤੋਂ ਕਾਫੀ ਜ਼ਿਆਦਾ ਹਟ ਕੇ ਚੀਜ਼ਾਂ ਨੇ, ਅਤੇ ਸਿਨੇਮਾ ਦੇ ਵਿੱਚ ਐਕਸਪੈਰੀਮੈਂਟ ਹੋਣੇ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਨੇ, ਜਦੋਂ ਆਡੀਅੰਸ ਨੂੰ ਨੰਬਰ ਆਫ ਕੰਟੈਂਟ ਘਰ ਬੈਠੇ ਹੀ ਦੇਖਣ ਨੂੰ ਮਿਲ ਰਿਹਾ, ਅਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਅਤੇ ਸਪੈਸ਼ਲੀ ਜਦੋਂ ਨਵੇਂ ਚਿਹਰੇ ਆ ਕੇ ਬਣਾਉਂਦੇ ਨੇ ਸਭ ਜੀ? ਮੈਂ ਜੀ ਹਮੇਸ਼ਾ ਹੀ ਨਵੇਂ ਚਿਹਰਿਆਂ ਦੇ ਨਾਲ ਖੜਦਾ ਜੀ, ਮੇਰੀ ਫਿਲਮ 'ਚ ਵੀ ਬਹੁਤ ਸਾਰੇ ਨਵੇਂ ਚਿਹਰੇ ਹੁੰਦੇ ਆ। ਮੈਂ ਵੀ 3-4 ਸਾਲ ਪਹਿਲਾਂ ਖੁਦ ਵੀ ਮੈਂ ਨਵਾਂ ਚਿਹਰਾ ਹੀ ਸੀ, ਅਤੇ ਬਾਕੀ ਰੇਂਜ ਰੋਡ ਦਾ ਜਿਹੜਾ ਹੀਰੋ ਆ, ਨਾਇਕ ਆ, ਉਹ ਸਾਡਾ ਭਰਾ ਹਰਸ਼ਰਨ,
मेरी एक शॉर्ट फिल्म सी खून, उहदे विच हरशरन ने बलवीरे का करैक्टर किया सी मेन, होर फिल्मां भी कीतियां सी हरशरन ने, वो शायद तुहानूं नहीं पता, पंजाब 1984 दलजीत वाली फिल्म च सीगा, होर कई फिल्मां सी, फिर वह कनेडा चला गया सी, ते उहदी बतौर नायक एज हीरो एक तरह नाले पहली फीचर फिल्म आ, इस करके असी उहनूं शुभकामनावां देण लई हाज़र हाँ। सतिंदर कसवाणा जिहड़ा राइटर डायरैक्टर आ और प्रोड्यूसर भी आ, वह भी साडा भरा है, उहदी पहली फिल्म आ, इस करके भी इत्थे हाज़र हाँ। असी मेहर ढिल्लों हाँ प्रोड्यूसर, वह साडा भरा है बठिंडे तो जिथों दा मेरा शहर है जिहड़ा, इस करके इस तो अलावा भी एक नवी फिल्म नवे तरह की फिल्म और इस करके असी आए हैं, और वड्डी गल इह आ वी उन्होंने सानू सद्या तां आए हैं, जिहड़े साडे वाले इत्थों वाले वड्डे वड्डे डायरैक्टर ने, वड्डे वड्डे जिहड़े हैगे आ प्रोडक्शन हाउस ने, वड्डे स्टारां दीआं फिल्मां ने, उह तां मैनू सद्दे नहीं गए आपदे प्रीमियर ते, इस करके जिहड़ा मैनू प्रीमियर ते सद्दा मेरे लई तां उही वड्डी फिल्म आ। हांजी सर, की कारण रहिंदा जिवें तुसीं कहा वी एक दूजे नूं सपोर्ट तां असीं करदे आं, पर जदों दूसरिआं वल्लों या जिन्हां नूं तुसीं कहिंदे वी हाँ वड्डे डायरैक्टर ने, कई वारी नहीं बुलाउंदे, तां की एक जैलसी फैक्टर रहिंदा या फिर की चीज़ तुहानूं लगदी है जिहड़ा इस चीज़ नूं इंपैक्ट कर? नहीं नहीं जी, जैलसी तां क्यों करनी है, उन्होंने वड्डे बंदे ने, असीं उन्हां दी गिणती 'च नहीं हुंदे, वो मनदे नहीं गे है ना, इस करके इस तरह ही उन्हां नूं लगदा होणा वी आपदे बंदिआं नूं, वो आपदे ही बंदिआं नूं एक दूजे नूं ना मतलब एक दूजे की पिट खुरकते ने, उन्होंने ग्रुप ने और ग्रुप के काम करते हैं सारे, वो मैं थानू तो कहूँगा भी तुम बहुत घेंट फिल्म मेकर हो, तुम मैनू कहो भी बहुत घेंट फिल्म मेकर आ, उन्होंने आपदिया आपदिया आड़िया ने, असं उस ग्रुप के जो आड़ी के दायरे च नहीं आते। फिल्म मेकर की गल करा, प्रोड्यूसर की गल करा, तुम भी एक पोस्ट पाई सी भी फलाना बंदा कहता है जी 10 करोड़ दे के मेरे खराब हो गए, तो तुम 1 करोड़ च चंगी फिल्म बना दो तो मेरे को आ जाते हैं, ये प्रॉब्लम क्यों है तो इनू कि दूर? ये प्रॉब्लम नहीं गई असल च, ये लोगों की आदत आ कि वह पहला सही बंदा नहीं चुनते, गलत बंदे को जा वड़दे आ। जो मैं गीतकार हुंदा सी उदों गायक के तौर पर जिन्होंने कैसेट करनी हुंदी सी आपदे मुंडे दी, वो भी पहला किसी होर जाते, फिर वो कहते फलाना साढ़े पैसे खा गया, हुण तुसीं कर दिओ। हुण जे फिल्म डायरैक्टर सी, हुण भी प्रोड्यूसर ने जदों आपदा बेटा जां आपदा कोई बंदा पेश करना हुंदा जां खुद ही प्रोड्यूसर ने कोई रोल करना हुंदा तां वो हुण ऐं करदे ने। असल दे विच मैनूं तां इस गल ते बहुत माण हुंदा कि वो मैनूं सच्चा बंदा समझदे आ, सही बंदा समझदे, उहनां नूं इह लगदा कि मैं करोड़ 1.5 करोड़ चो फिल्म बना सकता जिहड़ी किसी ने 10 करोड़ च नहीं बनाई जी। सो वापस रेंज रोड ते आउने आ फिल्म देखण तो बाद जरूर गलबात करांगे वी की किद्दां दी लगी। हाँ जी बिल्कुल जी, बहुत बेस्ट विशेज है मेरे वालों, टोटली डिफरेंट फिल्म होगी, वधिया फिल्म होगी, मैनू विश्वास है। थैंक यू सो मच। ओके जिउंदे रहो। अदिति आर्या जी हुण मेरे नाल मौजूद ने, सत श्री अकाल। सत श्री अकाल जी, की हाल चाल? बहुत बहुत वधिया। अच्छा फिल्म वेख के आए हैं रेंज रोड 290, फिल्म किद्दां दी लगी है, की खास लगी? मैनू फिल्म बहुत ही बाकमाल लगी है, बहुत ही खूबसूरत फिल्म सी, सिनेमा बहुत सोहना सीगा, कंसैप्ट बहुत अच्छा सीगा, तो मैनू लगता कि पंजाबी फिल्म इंडस्ट्री के अजकल यह जी फिल्म नहीं बनदियाँ, तो सानू अपनी इंडस्ट्री में यह जी फिल्म चाहिए जिहड़ी बहुत चीज़ों लैके अवेयरनैस क्रिएट करे। एक ना मोनोटनस जी चीज़ें चल रही पंजाबी इंडस्ट्री के, कि एक ही जॉनर दिल्म आदियाँ, तो एक ये होंगे है कि हाँ जो कोई फिल्म के प्रोड्यूसर्स लेंदे ने तो देखते हैं भी बंदे फॉलोअर्स किन्ने किन्ने लोग फैन फॉलोइंग कि, तो इस आई थिंक आर्टिस्ट भी सारे होने जिन्हों का मेन वर्क एक्टिंग है, तो इस चीज़ में किन्ना एप्रीशिएट कर दे? एक्चुअली पंजाबी सिनेमा के सिंगर्स एक्टर्स कंसिडर कर लें, नो डाउट बहुत वधिया भी है जो बहुत सोहनी एक्टिंग करते हैं, तो काफ़ी सारे यह जे कि नहीं निभा पाते, तो मैं लगता कि जो सिनेमा एक बहुत ही ट्रिकी चीज़ होंगी है ना, क्योंकि तुम एक मैसेज देना इंडस्ट्री नू भी कि लोगों भी एक मैसेज देना है, वो बहुत जरूरी है, तो इट इज़ एबसोल्यूटली नॉर्मल पंजाबी फिल्म इंडस्ट्री वाले, इट इज़ सो नॉर्मल टू नॉट हैव अ सिंगर ऑन द फिल्म एंड रन अ फिल्म ऑन द बेसिस ऑफ ट्रू आर्ट।
अच्छा जेकर गल की जाए फिल्म की कहानी की, तो सतिंदर सर ने कहानी लिखी है, डायरेक्ट की है, उन्होंने एडिटिंग भी की, तो ओबियसली एक्टिंग भी की है, विच मल्टीटास्किंग की है, एक वन मैन आर्मी वाला काम उन्होंने किया है, उसके वास्ते की कहना? मैं उन्होंने जिहड़ी बाकमाल कोशिश उन्होंने की है जिहड़ी कि बहुत सफल तरीके लगी है, उन्होंने सलाम करूँगी। मैं बहुत वड्डी गल लगती है कि लिखना भी एडिटिंग भी करनी, सारे करैक्टर्स नूं उस फील दे विच लैके आना, इट्स अ वेरी बिग प्रोजेक्ट। मैं लगता है फिल्म बनाना ही इहो जिहा हुंदा कि अपनी जिंदगी विच जो तुसीं कर पा रहे हो, तो यह सारा कुछ निभाना एक बहुत ही ट्रमेंडस बाकमाल काम आ, तो उन्होंने सल्यूट है काम लई। अच्छा फिल्म की जेकर कहानी की भी गल की जाए, स्क्रीन प्ले की गल की जाए, तो ऑलमोस्ट एक दिन की कहानी जी दिखाई गई है वक् वक् चैप्टर्स के, सब तो पॉजिटिव चीज़ जी है मैंने लगी है, वॉट अबाउट यू बारे की? मैंने भी एक्चुअली बहुत पॉजिटिव लगे, मैंने लगता है कि पूरी शूटिंग प्रोसैस ज़्यादा टाइम का नहीं होगा, ये उन्होंने पैसे भी बचाए है ना, वो करैक्टर की यू नो कॉस्ट्यूम्स असं इन्ना खर्चा करते वो भी बचाए, तो इट गेव वन ऑफ द मोस्ट ब्यूटीफुल मैसेजेस कि बोल्डनेस भी हैगी है, सारा कुछ हैगा, तो यह करके मैंने लगता है कि इट्स अ वेरी प्योर सिनेमा। प्री प्रोडक्शन ते बहुत ज़्यादा स्ट्रोंगली वर्क किया गया है फिल्म में भी? जी हाँ बिल्कुल बिल्कुल, तो मैं यह जी पसंद है फिल्म जड़िया, यू नो दे टेल अस ऑल द स्टोरी इन वन डे है ना, तो मिस्ट्री जी होंगी है, तो पंजाब क्योंकि यह जी फिल्म नहीं बनाता, तो मैं तो काफ़ी थ्रिल्ड हाँ, आई होप हूँ होर बनेंगी यह जी फिल्म। जाते जाते दर्शकों की कहना चाहोगे जिन्होंने फिल्म देखी? मैं यही कहूँगी जो तुम प्योर सिनेमा लवर हो, तुम प्लीज़ जाके ये फिल्म देखियो, दिस इज़ अ ब्यूटीफुल ब्यूटीफुल फिल्म, अ ट्रू मीनिंग ऑफ सिनेमा इज़ दिस। अपने आने वाले कोई प्रोजेक्ट के बारे दसना? हाँ जी हाँ जी, जिदा कि थानू पता है आप सिंगिंग लाइन च आ चुके हैं, मेहरबानी तो बाद बहुत लोगों का प्यार मिले मैं, तो मेरा दूजा गाना बहुत छेती आ रहा है, तो उस दे नाल काफ़ी सारिया फिल्म आप कर रहे हैं। थैंक यू सो थैंक यू। सुरिंदर सर नाल ने हुण सर आप फिल्म देखा है, तुहानू पहला गल की सी कि फिल्म तो बाद आप पुछांगे तुहानू किद्दां दी लगी? फिल्म क्योंकि मैं फिल्म में काफ़ी देर तो जुड़िया, जदों तो बढ़नी शुरू हुई, जो तो ईवन के ऑडिशन का पहला पोस्टर पब्लिश किया मेरे नाल सतिंदर दी, उदों दी गलबात हो रही है, तो मेरे लिए एक्साइटमेंट इस करके सी कि कैनेडा च दिखाई भी गई फैसटिवल च, तो मेरे लिए क्यूरियोसिटी वधदी जा रही थी कि कदों मैं फिल्म नूं देखांगा। सो अज जदों फिल्म देखी है मैनूं किसी पक्षों भी इंटरनेशनल लैवल तो किसी पक्षों भी ऊणी या घट नहीं लगी, तो मैनूं खुशी भी हुई कि साडा सिनेमा जिहड़ा पंजाबी सिनेमा है वह अंतरराष्ट्रीय पद्धर से उस लैवल का उस हाण का होया, एंड मैं चाहूँगा कि एक बड़ा सारा शुक्रिया भी अदा करिए असी सतिंदर कसवाणा मेरे भरा का, जिहड़े डायरैक्टर भी ने राइटर भी ने प्रोड्यूस भी की उन्होंने फिल्म, कि उन्होंने पंजाबी सिनेमे कंप्लीट किया। एक गुलदस्ता होंगे ना, तरह तरह के फुल होंगे वेद, तो वो जिन्ने फुल वध हो उन्ना ही खूबसूरत लगता। सो पंजाबी सिनेमे वक्रे वक्रे तरह के वेरिएशन सन, सबजैक्ट से वक्रे वक्रे, तो एक नवी तरह का सिनेमा जोड़ा बच्चे आके जुड़िया, असं इन वेलकम भी करते हैं, टीम पहली बार पंजाबी सिनेमे आई असी उसका इस्तकबाल करते हैं, एंड होप करते हैं कि इन फ्यूचर इस तरह दियाँ होर भी वधिया वधिया फिल्म बननिया रहनगियां। टैक्निकली गल करिए फिल्म का ठीक बजट, घट शूटिंग का समा, तो प्री प्रोडक्शन तो बहुत ही स्ट्रोंगली किया गया वर्क, किस तरीके देखते दे हो, तो पंजाबी सिनेमा इस स्टेज पर जो कि ओ टी टी भी पाया हुआ कंटेंट अपने पंजाबी ऑडियंस वड्डिया फिल्मों कंपेयर कर लेंगे, तो इदा के कंटेंट की कि लोड़ है? बेसिकली कोई भी फिल्म तुसी देख लो, कंटेंट असल रियल हीरो कंटेंट है, जिहड़ी स्टोरी जिहड़ी कहानी तुहानू दर्शक नू बोर ना होण दे, क्यूरियोसिटी पैदा करे, डजंट मैटर कि उहनू बहुत वड्डा एक सुपर हीरो रोल नू अदा कर रहा या एक न्यू कमर है, या तो इहदे च कंटेंट ही हीरो है, एंड कंटेंट नू टैक्निकली जिहड़े वधिया तरीके दे नाल परोसिया गया, एक एक चीज़ एक एक कड़ियाँ हौली हौली पहला खिलरदियां ने फिर एक एक करके जुड़दियां जांदियां ने, ते क्लाइमैक्स बड़ा शानदार है, क्यूरियोसिटी छड़ गया मेरा ख्याल, होप के आई थिंक ये सैकेंड पार्ट जरूर बनना चाहिए, क्योंकि हम दर्शकों मैनू भी उत्सुकता वध गई है कि इन फ्यूचर की होएगा। अच्छा जेकर गल की जाए तुसी क्या भी जिवें तुसी पहला तो जुड़े हुए, जो ऑडिशन का पोस्टर पिया जो फिल्म बन रही सी उदों दा जो एक सीन आउंदा सी फिल्म दा, जो स्क्रिप्ट दिमाग दे विच चलदी सी, ते जो हम स्क्रीन पर देखिए कि फर्क लगे तो की फर्क? नहीं उदो स्क्रिप्ट नहीं मेरे नाल सांझी की थी, जस्ट सतिंदर ने कहा कि फिल्म बना रहे हैं कोई अच्छे आर्टिस्ट हो मैं सगो दस्यो, मैं कुछ एक रैफर भी किए, बट उन्होंने जो उन्होंने दिमाग से ऑडिशन के द्वारा ज मिल के उन्होंने देखो तुम आप देखिए कि किन्ने परफेक्ट एक्टर उन्होंने लाए ने, सो बट मैंने ये जरूर से दोस्त मित्र कोई फिल्म बनावे तो क्यूरियोसिटी होंगी कि मैं देखा जरूर, एंड मैं सतिंदर दी इस तो पहले उन्होंने शॉर्ट फिल्म इंग्लिश कीतियां ने कुछ, मैं उन्होंने भी देखा तो मैं पता सी कि वो जो पंजाबी सिनेमे एक वक्री चीज़ लैके आएंगे,
एंड डेफिनेटली वो चीज़ जिहड़ी आ साडी इंडस्ट्री दे लोकां नूं जरूर उत्साहित करेगी एंड उन्होंने जरूर इंस्पायर करेगी एंड मैं खुशी है कि वह चीज़ पूरी हुई। थैंक यू। अच्छा, एक इंडस्ट्री दे विच नवा स्टैप लैके आना, एक तो नवे चेहरे राइट, दूसरा कि वक्रा कॉन्सैप्ट बिल्कुल एक कह लो भी अपने आप सारा वर्क किया हुआ, तुहाडा की कहना? नहीं, बहुत वधिया गल है जी, नवे नवे चेहर नवे एक्चुअल च तुहानू नवे तां लगदे क्योंकि हरशरन बहुत पुराना पंजाब यूनिवर्सिटी तो थिएटर का पास आउट बेहतरीन कलाकार, बट किसी कारण बस उन्हें कनेडा जाके वसना पिया। तुसी स्क्रीन पर देखिया अमनिंदर ढिल्लों, अर्श पुरबा, ये सारे बहुत अच्छे आर्टिस्ट ने, बट जिहड़े लई नवे ने नवे लग रहे ने, साडे लई खुशी है भी उन्होंने नवे भी कह रहे बट उन्होंने अक्सैप्ट भी कर रहे हैं। एक्चुअल दे विच नवे ने एक ना एक दिन पुराना होंदा, जिहड़े भी पुराने ने किसी दिन नवे सीगे, बट जदों उन्हां दे विच परपक्ता होएगी, काम अच्छा होएगा तो हौली हौली पुराने होणगे एंड वो काम उन्हां दा वधिया लगेगा एंड मैनूं बड़ी खुशी है कि ना सारे दा काम सब नूं पसंद आ रहा है। दर्शकां लई की कहना? दर्शकां लई है भी फिल्म भाई जरूर देखनी है, तुहानूं निराश नहीं करेगी। परसनली मैं कह रहा जिहड़ी फिल्म लाइन दे बंदे हो तां जरूर देखण क्योंकि उन्हां नूं मेकिंग टेकिंग मज़ा आएगा देख के फिल्म नूं एंड दर्शकां नूं निश्चय ही एक नवी तरह का स्वाद क्योंकि हम वैब सीरीज़ तो होर कुछ देख के उन्होंने कंटेंट बेस्ड थी देखने का मटीरियल उन्होंने आदत पै गई है एंड फिल्म उन्होंने निराश नहीं करेगी। थैंक यू। रेंज रोड फिल्म जिन्होंने प्रोड्यूस की है, मेहर ढिल्लों जी मेरे नाल मौजूद ने, सत श्री अकाल। थैंक यू जी, सत श्री अकाल। की हाल चाल ने? बहुत वधिया जी, हुण तां ज़्यादा वधिया हो गए ने, सारी ऑडियंस ने क्लैपिंग की है फिल्म जदों खत्म हुई, हुण थोड़े जिहे कॉन्फिडेंस च। फिल्म कैनेडा फेस्टिवल दे विच चली है ते फिल्म हुण इत्थे इन्ना वधिया रिस्पोंस मिलना, किहो जी फीलिंग? फिर बहुत वधिया फीलिंग लग रही है जी, थोड़ा जिहा लाइक मैं हरेक इंटरव्यू च कह रहा सी, मैं थोड़े जिहा सी न्यू कमर्स हैं, ऑडियंस दा हुण जिवें अज प्रीमियर सी, सारे ने क्लैपिंग की थी, तां उहदे नाल कॉन्फिडेंस वध जांदा है, हुण ज़्यादा वधिया लग रहा है। थोड़ी जी नर्वसनैस सीगी पहलां पर हुण थोड़ी जी चली गई है, हुण अच्छा लग रहा जी। ਜਦੋਂ ਉਹ ਫਿਲਮ ਦੀ ਕਹਾਣੀ ਸੁਣਾਈ ਸੀ ਸਤਿੰਦਰ ਸਰ ਨੇ ਤੇ ਮੇਨ ਰੀਜ਼ਨ ਕੀ ਰਿਹਾ ਸੀ ਹਾਂ ਕਰਨ ਦਾ? ਸਤਿੰਦਰ ਐਕਚੁਅਲੀ ਮੈਂ ਤੇ ਸਤਿੰਦਰ ਬਹੁਤ ਵਧੀਆ ਫਰੈਂਡਸ ਹਾਂ, ਅਸੀਂ ਕਾਫੀ ਸਾਲਾਂ ਤੋਂ ਫਿਲਮਸ ਦੀਆਂ ਹੀ ਗੱਲਾਂ ਕਰਦੇ ਆ ਰਹੇ ਹਾਂ, ਸੋ ਸਤਿੰਦਰ ਨੇ ਕੋਈ ਮੈਨੂੰ ਕਹਾਣੀ ਇੱਦਾਂ ਸੁਣਾਈ ਨਹੀਂ ਹੈਗੀ ਸੀ, ਵੀ ਜਸਟ ਡਿਸਾਈਡਡ ਟੂ ਡੂ ਅ ਪ੍ਰੋਜੈਕਟ ਟੂਗੈਦਰ ਅਤੇ ਉਹ ਲਾਈਕ ਆਈ ਆਲਵੇਜ਼ ਸੇ ਮੇਨ ਕੈਪਟਨ ਉਹੀ ਹੈ ਅਤੇ ਉਹ ਉਹਨੇ ਖੁਦ ਲਿਖਿਆ, ਡਾਇਰੈਕਟ ਕੀਤੀ, ਐਡਿਟ ਕੀਤਾ, ਬਹੁਤ ਹੀ ਸੋਹਣਾ ਕੰਮ ਕੀਤਾ ਅਤੇ ਮੈਂ ਤਾਂ ਬਸ ਅਸੀਂ ਇਕੱਠੇ ਐਜ਼ ਅ ਟੀਮ ਹੀ ਹੈ, ਕੋਈ ਉਹ ਮੇਰੇ ਕੋਲ ਕੋਈ ਇੱਦਾਂ ਨਹੀਂ ਹੈਗਾ ਕੋਈ ਮੇਰੇ ਕੋਲ ਪ੍ਰੋਜੈਕਟ ਲੈ ਕੇ ਆਇਆ ਸੀ। ਹਾਂਜੀ, ਤਾਂ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਨਾ ਐਕਸਪੈਰੀਮੈਂਟ ਘੱਟ ਹੁੰਦੇ ਆ, ਇੱਕੋ ਹੀ ਜੋਨਰ ਦੀ ਫਿਲਮ ਚੱਲ ਪੈਂਦੀ ਹੈ ਅਤੇ ਉਸੇ ਜੋਨਰ ਦੀਆਂ ਸਾਰੇ ਬਣਾਉਣ ਲੱਗ ਜਾਂਦੇ ਆ, ਅਤੇ ਆਈ ਥਿੰਕ ਹੁਣ ਇੱਕ ਵੱਖਰਾ ਜੋਨਰ ਹੈ, ਥ੍ਰਿਲਰ ਨਾਲ ਭਰੀ ਹੋਈ ਫਿਲਮ ਹੈ, ਇਹਦੇ ਵਿੱਚ ਸਭ ਕੁਛ ਸਾਨੂੰ ਦੇਖਣ ਨੂੰ ਮਿਲਿਆ, ਬੋਲਡਨੈਸ ਵੀ ਦੇਖਣ ਨੂੰ ਮਿਲੀ ਕਿਤੇ ਨਾ ਕਿਤੇ, ਅਤੇ ਹੁਣ ਲੱਗਦਾ ਵੀ ਸ਼ਾਇਦ ਵੀ ਇਸ ਜੋਨਰ ਦੀਆਂ ਵੱਧ ਫਿਲਮਾਂ ਬਣ ਜਾਣਗੀਆਂ, ਅਤੇ ਤੁਸੀਂ ਕੀ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਜੋਨਰ ਦੀਆਂ ਫਿਲਮਾਂ 'ਚ ਕੰਮ ਕਰਨਾ ਪ੍ਰੈਫਰ ਕਰੋਗੇ, ਕਿੱਦਾਂ ਦੀਆਂ ਫਿਲਮਾਂ ਬਣਾਉਣਾ? ਬਿਲਕੁਲ ਜੀ, ਜਿਹੜੀ ਆਹ ਪਿਕਚਰ ਰੇਂਜ ਰੋਡ 290 ਅਸੀਂ ਕੀਤੀ ਹੈ, ਇੱਦਾਂ ਦਾ ਹੀ ਸਿਨੇਮਾ ਕਰਨਾ ਜਿਹੜਾ ਕਿ ਆਡੀਅੰਸ ਨੂੰ ਪਸੰਦ ਆਵੇ, ਉਹਨਾਂ ਦੇ ਥੋੜ੍ਹਾ ਜਿਹਾ ਰੀਅਲ ਸਿਨੇਮਾ ਹੋਵੇ, ਇੱਦਾਂ ਦਾ ਹੀ ਸਿਨੇਮਾ ਕਰਨਾ ਪਸੰਦ ਕਰਾਂਗੇ। ਆਹ ਪਿਕਚਰ ਦੇ ਵਿੱਚ ਮੇਨ ਲੀਡ ਮੈਂ ਕਰਨਾ ਸੀ ਪਹਿਲਾਂ, ਪਰ ਮੇਰਾ ਵੀ ਆਡੀਸ਼ਨ ਹੋਇਆ, ਸਤਿੰਦਰ ਨੇ ਲਿਆ, ਅਨਫੋਰਚੁਨੇਟਲੀ ਮੈਂ ਆਡੀਸ਼ਨ ਪਾਸ ਨਹੀਂ ਕਰ ਪਾਇਆ, ਸੋ ਹਰਸ਼ਰਨ ਭਾਅ ਜੀ ਡਿਡ ਅ ਵੈਰੀ ਕਮੈਂਡੇਬਲ ਜੋਬ, ਅਤੇ ਹੋਪਫੁਲੀ ਨੈਕਸਟ ਫਿਊਚਰ ਪ੍ਰੋਜੈਕਟਸ ਦੇ ਵਿੱਚ ਤੁਸੀਂ ਮੈਨੂੰ ਬਤੌਰ ਐਜ਼ ਅ ਅਦਾਕਾਰ ਵੀ ਦੇਖੋਗੇ। ਦੈਟਸ ਰੀਅਲੀ ਗ੍ਰੇਟ ਕਿ ਜੇ ਇੱਕ ਪ੍ਰੋਡਿਊਸਰ ਨੇ ਵੀ ਆਡੀਸ਼ਨ ਦਿੱਤਾ ਅਤੇ ਜੇ ਨਹੀਂ ਹੋਇਆ ਤਾਂ ਉਹਨੇ ਨਹੀਂ ਕੀਤਾ, ਇਹ ਬਹੁਤ ਘੱਟ ਸਾਨੂੰ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲਦਾ, ਦੈਟਸ ਰੀਅਲੀ ਗ੍ਰੇਟ। ਹਾਂਜੀ ਬਿਲਕੁਲ, ਦੇਖੋ ਐਟ ਦੀ ਐਂਡ ਦੇ ਅਸੀਂ ਵੀ ਲਵ ਸਮ ਫਿਲਮਸ, ਵੀ ਲਵ ਸਿਨੇਮਾ, ਅਤੇ ਅਸੀਂ ਇੱਕ ਪ੍ਰੋਜੈਕਟਸ ਵਾਸਤੇ ਲਾਈਕ ਐਜ਼ ਐਨ ਇੰਡੀਵਿਜੁਅਲ ਨਹੀਂ ਕਰਨਾ ਚਾਹੁੰਦੇ, ਵੀ ਜਸਟ ਵਾਂਟ ਟੂ ਡੂ ਸਮਥਿੰਗ ਗੁੱਡ ਫੋਰ ਦਾ ਸਿਨੇਮਾ, ਫੋਰ ਫਿਊਚਰ, ਜਿਹੜੇ ਆਡੀਅੰਸ ਇੰਜੋਏ ਕਰੇ, ਡਜ਼ਨਟ ਮੈਟਰ ਮੈਂ ਉਹਦੇ 'ਚ ਹਾਂ ਜਾਂ ਨਹੀਂ ਹਾਂ। ਸਤਿੰਦਰ ਨੇ ਐਜ਼ ਐਨ ਐਕਟਰ ਬਹੁਤ ਸੋਹਣਾ ਕੰਮ ਕੀਤਾ, ਡਾਇਰੈਕਟਰ ਅਤੇ ਰਾਈਟਰ ਤਾਂ ਤੁਸੀਂ ਦੇਖ ਹੀ ਲਿਆ, ਅਤੇ ਹਾਂਜੀ, ਅਤੇ ਹੋਪਫੁਲੀ ਮੇਰਾ ਅਗਲਾ ਆਡੀਸ਼ਨ ਪਾਸ ਕਰ ਦੂਗਾ। ਸੋ ਆਲ ਦਾ ਵੈਰੀ ਬੈਸਟ, ਉਮੀਦ ਹੈ ਕਿ ਤੁਹਾਨੂੰ ਅਗਲੀ ਫਿਲਮ ਦੇ ਵਿੱਚ ਐਜ਼ ਐਨ ਐਕਟਰ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਥੈਂਕ ਯੂ ਸਰ। ਸੋ ਹੁਣ ਮੇਰੇ ਨਾਲ ਰੇਂਜ ਰੋਡ ਫਿਲਮ ਦੇ ਰਾਈਟਰ, ਡਾਇਰੈਕਟਰ ਅਤੇ ਐਡੀਟਰ ਔਰ ਐਕਟਰ ਐਜ਼ ਵੈਲ ਸਤਿੰਦਰ ਕਸੋਣਾ ਮੌਜੂਦ ਨੇ, ਅਤੇ ਨਾਲ ਫਿਲਮ ਦੇ ਡਿਸਟ੍ਰੀਬਿਊਟਰ ਗੱਬਰ ਸੰਗਰੂਰ ਸਰ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ, ਅਤੇ ਆਡੀਅੰਸ ਦੇ ਨਾਲ ਫਿਲਮ ਦੇਖੀ ਹੈ, ਕਿੰਨਾ ਕੁ ਚੰਗਾ ਲੱਗਾ? ਬਹੁਤ ਹੀ ਮਜ਼ਾ ਆਇਆ ਜੀ, ਦਰਸ਼ਕਾਂ ਦਾ ਰਿਸਪੋਂਸ ਬਹੁਤ ਹੀ ਵਧੀਆ ਸੀਗਾ, ਸੋ ਐਟ ਦਿਸ ਮੂਮੈਂਟ ਆਈ ਫੀਲ ਵੈਰੀ ਹੰਬਲ ਐਂਡ ਗ੍ਰੇਟਫੁਲ, ਬੜਾ ਅੱਛਾ ਲੱਗਿਆ। ਡਿਸਟ੍ਰੀਬਿਊਟਰ ਦੀ ਜੋਬ ਨਿਭਾਈ ਹੈ ਅਤੇ ਫਿਲਮ ਵੀ ਤੁਸੀਂ ਹੁਣ ਵੇਖੀ ਹੈ, ਤਾਂ ਕਿਹੋ ਜਿਹਾ? ਦੋ ਜੋਬਸ ਨਿਭਾਈਆਂ ਨੇ, ਨਾਲ ਆਲੋਚਕ ਦੀ ਵੀ ਨਿਭਾਈ ਹੈ ਜੀ ਫਿਲਮ 'ਚ, ਕੀ ਕਹਿੰਦੇ ਨੇ, ਕਮੀਆਂ ਕੱਢਣ ਲਈ ਮੈਂ ਪਹਿਲਾਂ ਵੀ ਦੇਖੀ, ਅੱਜ ਵਾਲੀ ਵੀ ਦੇਖੀ, ਪਰ ਯਕੀਨ ਮੰਨਿਓ ਦੂਜੀ ਵਾਰ ਮੈਨੂੰ ਫਿਲਮ ਹੋਰ ਜ਼ਿਆਦਾ ਸੋਹਣੀ ਲੱਗੀ ਸੀ,
ਪਹਿਲੀ ਵਾਰ ਮੈਂ ਮੇਰਾ ਭਾਅ ਜੀ ਨੂੰ ਇੱਕ ਸਵਾਲ ਵੀ ਸੀ ਵੀ ਭਾਅ ਜੀ ਆਪਦੇ ਆਪ ਨੂੰ ਐਕਟਰ ਡਾਇਰੈਕਟ ਕਿਵੇਂ ਕਰ ਸਕਦਾ, ਪਰ ਅੱਜ ਮੈਂ ਹੈ ਨਾ ਕਿਉਂਕਿ ਉਸ ਦਿਨ ਮੈਂ ਭਾਅ ਜੀ ਦੇ ਕਿਰਦਾਰ ਵੱਲ ਇੰਨਾ ਨਹੀਂ ਵੀ ਧਿਆਨ ਦਿੱਤਾ ਸੀਗਾ, ਅੱਜ ਮੈਂ ਭਾਅ ਜੀ ਦੀ ਅਦਾਕਾਰੀ ਦੀਆਂ ਬਾਰੀਕੀਆਂ ਵੀ ਵੇਖੀਆਂ, ਅਤੇ ਇਹ ਨਹੀਂ ਹੈਗਾ ਵੀ ਇਸ ਫਿਲਮ ਦਾ ਪਾਰਟ ਆ ਅਤੇ ਫਿਲਮ ਬਾਰੇ ਚੰਗਾ ਬੋਲਣਾ, ਇਹ ਗੱਲ ਜਿਗਰੇ ਨਾਲ ਕਹਿੰਦਾ ਜਿੱਦੇ ਆਪਦੀ ਵੀ ਕੋਈ ਫਿਲਮ ਮਾੜੀ ਗਲਤ ਬਣ ਗਈ ਤਾਂ ਉਹਦੇ ਵੀ ਖੁੱਲ੍ਹ ਕੇ ਬੋਲਾਂਗੇ ਵੀ ਬਾਈ ਜੀ ਸਾਡੇ ਤੋਂ ਮਾੜੀ ਬਣ ਗਈ, ਤੁਹਾਨੂੰ ਸਮਝ ਆਉਂਦੀ ਆ ਦੇਖਿਆ ਉਹ, ਪਰ ਇਹ ਫਿਲਮ ਬਾ ਕਮਾਲ ਫਿਲਮ ਹੈ ਅਤੇ ਮੈਂ ਤਾਂ ਕਹਿੰਦਾ ਨਵੇਂ ਸਾਲ ਦੀ ਸ਼ਾਇਦ ਇਹ ਪਹਿਲੀ ਫਿਲਮ ਹੈ ਕਿਉਂਕਿ ਮੈਨੂੰ ਇੱਦੂ ਪਿਛਲੀ 7 ਤਰੀਕ ਨੂੰ ਮੈਨੂੰ ਨਹੀਂ ਲੱਗਦਾ ਇਸ ਤੋਂ ਪਹਿਲਾਂ ਸ਼ੁੱਕਰਵਾਰ ਕੁਛ ਰਿਲੀਜ਼ ਹੋਇਆ, ਅਤੇ ਜੇ ਇਹ ਨਵੇਂ ਸਾਲ ਦੀ 2023 ਦੀ ਪਹਿਲੀ ਫਿਲਮ ਹੈ ਤਾਂ ਇਹ ਨਵੇਂ ਸਾਲ ਦੀ ਬਹੁਤ ਸੋਹਣੀ ਸ਼ੁਰੂਆਤ ਹੋਈ ਹੈ, ਇੱਕ ਬਹੁਤ ਠਹਿਰਾਵ ਵਾਲੀ ਫਿਲਮ ਹੈ, ਜਿਹੜੇ ਬੰਦੇ ਦੇ ਅੰਦਰ ਠਹਿਰਾਵ ਹੈ ਉਹਨੂੰ ਇਹ ਫਿਲਮ ਬਹੁਤ ਸੋਹਣੀ ਸਮਝ ਵੀ ਆਊਗੀ ਅਤੇ ਉਸੇ ਨੂੰ ਸਮਝ ਆਊਗੀ। ਅੱਜ ਕੱਲ੍ਹ ਆਪਣੀ ਜ਼ਿੰਦਗੀ 'ਚ ਬਸ ਭੱਜ ਦੜ ਮੱਚੀ ਪਈ ਹੈ ਅਤੇ ਉਹ ਭੱਜ ਦੜ ਨੂੰ 5-10 ਮਿੰਟ ਆਪਦੇ ਤੋਂ ਲਾ ਕੇ ਇੱਥੇ ਆ ਕੇ ਥੋੜ੍ਹਾ ਇਸ ਫਿਲਮ ਨੂੰ ਜ਼ਰੂਰ ਸਪੋਰਟ ਕਰੋ ਅਤੇ ਜ਼ਰੂਰ ਦੇਖੋ। ਹੋਨੈਸਟਲੀ ਦੱਸਾਂ, ਇਹ ਸਵਾਲ ਮੇਰਾ ਵੀ ਸੀ ਕਿ ਇੱਕ ਐਕਟਰ ਆਪਣੇ ਆਪ ਨੂੰ ਕਿਵੇਂ ਡਾਇਰੈਕਟ ਕਰ ਸਕਦਾ ਹੈ ਅਤੇ ਕਿਵੇਂ ਤੁਸੀਂ ਉਹ ਜੌਬ ਨਿਭਾਈ ਸੀ? ਐਕਚੁਲੀ ਐਕਟਿੰਗ ਆਈ ਲਵ ਐਕਟਿੰਗ, ਅਤੇ ਮੈਂ ਐਕਟਿੰਗ ਸਿੱਖੀ ਤਾਂ ਕਿ ਮੈਂ ਉਹਦੇ ਐਕਟਰਸ ਨੂੰ ਬੈਟਰ ਡਾਇਰੈਕਟ ਕਰ ਸਕਾਂ, ਅਤੇ ਜਦੋਂ ਮੈਂ ਕਰ ਰਿਹਾ ਸੀਗਾ ਤਾਂ ਉਦੋਂ ਕਿਉਂਕਿ ਮੈਂ ਆਪ ਹੀ ਲਿਖਿਆ ਸੀਗਾ, ਸੋ ਮੇਰੀ ਅੰਡਰਸਟੈਂਡਿੰਗ ਉਸ ਰੋਲ ਦੇ ਪ੍ਰਤੀ ਕਾਫੀ ਕਲੀਅਰ ਸੀਗੀ, ਵਰਨਾ ਇੱਕ ਰਾਈਟਰ ਨੂੰ ਡਾਇਰੈਕਟਰ ਨੂੰ ਸਮਝਾਉਣਾ ਪੈਂਦਾ, ਫਿਰ ਡਾਇਰੈਕਟਰ ਨੂੰ ਐਕਟਰ ਨੂੰ ਸਮਝਾਉਣਾ ਪੈਂਦਾ, ਸੋ ਆਈ ਵਾਜ਼ ਡੂਇੰਗ ਆਲ ਆਫ ਦੈਮ, ਸੋ ਮੈਨੂੰ ਉਹ ਪ੍ਰੋਸੈਸ ਮੇਰੇ ਲਈ ਐਡਵਾਂਟੇਜ ਸੀਗਾ, ਅਤੇ ਬਾਕੀ ਮੇਰਾ ਰੋਲ ਮੈਂ ਮਤਲਬ ਜਿੰਨੇ ਕੁ ਮੈਂ ਲਿਖਣਾ ਚਾਹੁੰਦਾ ਸੀ ਇਹਦੇ 'ਚ ਉਹ ਮੈਂ ਉਹਨੂੰ ਬੜਾ ਮੈਨੂੰ ਇੰਜੋਏ ਕਰਕੇ ਉਹਨੂੰ ਮੈਂ ਫਿਨਿਸ਼ ਕੀਤਾ। ਇੱਕ ਚੀਜ਼ ਮੈਂ ਆਡੀਅੰਸ ਨੂੰ ਵੀ ਦੱਸਦਾ ਕਿ ਢਿੱਲੋਂ ਸਰ ਨੇ ਦੱਸਿਆ ਸੀਗਾ ਕਿ ਉਹ ਆਡੀਸ਼ਨਸ 'ਚੋਂ ਪਾਸ ਨਹੀਂ ਕਰ ਪਾਏ ਅਤੇ ਤੁਸੀਂ ਉਹਨਾਂ ਨੂੰ ਵੀ ਰੋਲ ਨਹੀਂ ਦਿੱਤਾ ਮੇਨ ਲੀਡ ਵਾਲਾ, ਸੋ ਕਿੰਨੀ ਕੁ ਬਰੀਕੀ ਦੇ ਨਾਲ ਆਡੀਸ਼ਨਸ ਕੀਤੇ ਗਏ ਅਤੇ ਕੀ ਫੈਕਟਰਸ ਦੇਖੇ ਸੀਗੇ ਜਦੋਂ ਤੁਸੀਂ ਇਹਨਾਂ ਸਟਾਰ ਕਾਸਟ ਨੂੰ ਸਿਲੈਕਟ ਕੀਤਾ? ਦੇਖੋ ਜੀ, ਪ੍ਰੋਸੈਸ ਮੇਰ ਬੜਾ ਕਰੀਬੀ ਦੋਸਤ ਹੈ ਮੇਰਾ ਕੈਲਗਰੀ ਤੋਂ, ਪਰ ਫਿਲਮ ਜੇ ਬਣਾਉਣੀ ਆ ਤਾਂ ਭਾਅ ਜੀ ਫਿਰ ਇਮਾਨਦਾਰੀ ਨਾਲ ਹੀ ਬਣਦੀ ਹੈ, ਰਾਈਟ? ਉਹਦੇ ਲਈ ਫਿਰ ਦੋਸਤ ਨੂੰ ਵੀ ਉਨੀ ਇਮਾਨਦਾਰੀ ਨਾਲ ਦੱਸਣਾ ਪੈਂਦਾ, ਅਤੇ ਉਹ ਵੈਸੇ ਵੀ ਅੰਡਰਸਟੈਂਡਿੰਗ ਹੈ ਹੈਗਾ ਸੀ ਇਸ ਮਾਮਲੇ ਦੇ ਵਿੱਚ, ਸੋ ਆਡੀਸ਼ਨ ਹੋਏ ਤਾਂ ਜਿਹੜੇ ਬੰਦੇ ਨੂੰ ਵੀ ਆਲਵੇਜ਼ ਗੋ ਬਾਏ ਦਾ ਥਿੰਕ ਦੈਟ ਦ ਬੈਸਟ ਮੈਨ ਵਿਨ, ਸੋ ਜਿਹੜਾ ਬੈਸਟ ਸੀਗਾ ਉਹਨੇ ਆਪਣੇ ਦਮ 'ਤੇ ਰੋਲ ਲਿਆ ਹੈਗਾ, ਹਰਸ਼ਨ ਭਾਅ ਜੀ, ਅਮਨਿੰਦਰ, ਅਰਸ਼, ਦੇ ਆਲ ਕੇਮ ਥਰੂ ਆਡੀਸ਼ਨਸ, ਇਹ ਨਹੀਂ ਸੀਗਾ ਕਿ ਮੇਰੇ ਕੋਈ ਦੋਸਤ ਸੀ ਜਾਂ ਮੈਂ ਕਿਸੇ ਨੂੰ ਫੇਵਰ ਕੀਤੀ ਹੈ, ਸੋ ਪ੍ਰੋਸੈਸ ਤਾਂ ਪ੍ਰੋਸੈਸ ਹੈ ਮੇਰੇ ਸਾਹਮਣੇ। ਆਰਮੀ ਵਾਲੇ ਹੋ ਅਤੇ ਓਬਵੀਅਸਲੀ ਥੀਏਟਰ ਆਰਟਿਸਟ ਨੂੰ ਸਪੋਰਟ ਕਰਦੇ ਹੋ ਅਤੇ ਇਸ ਫਿਲਮ ਦੇ ਵਿੱਚ ਵੀ ਅਕਸਰ ਪੰਜਾਬੀ ਫਿਲਮਾਂ ਦੇ ਵਿੱਚ ਵੇਖਿਆ ਜਾਂਦਾ ਹੈ ਕਿ ਸਿੰਗਰਸ ਨੂੰ ਜਲਦੀ ਮੌਕਾ ਮਿਲ ਜਾਂਦਾ, ਇੱਦਾਂ ਦੀਆਂ ਫਿਲਮਾਂ ਆਉਣ ਦੇ ਨਾਲ ਕੀ ਸਾਡੇ ਸਿਨੇਮਾ ਦੇ ਵਿੱਚ ਬਦਲਾਅ ਹੋਏਗਾ, ਐਕਟਰਸ ਨੂੰ ਫਸਟ ਪ੍ਰੈਫਰੈਂਸ ਦਿੱਤੀ ਜਾਵੇ? ਦੇਖੋ ਜੀ, ਮੇਰਾ ਇੱਕ ਮਤਲਬ ਮੈਂ ਇਸ ਕੀ ਕਹੂੰਗਾ ਡੈਫੀਨੇਸ਼ਨ ਪਰਿਭਾਸ਼ਾ ਨਾਲ ਕਦੇ ਵੀ ਸਹਿਮਤ ਨਹੀਂ ਹੁੰਦਾ, ਸਿੰਗਰ ਵੀ ਬਣਨਾ ਆਸਾਨ ਨਹੀਂ ਹੈਗਾ, ਆਪਾਂ ਬਹੁਤ ਈਜ਼ਲੀ ਕਹਿ ਦਿੰਦੇ ਹਾਂ ਐਕਟਰਸ ਅਤੇ ਸਿੰਗਰ, ਮੈਨੂੰ ਲੱਗਦਾ ਇਹ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਨੇਗੇ, ਜੇ ਅੱਜ ਮੈਂ ਕਹਿਣਾ ਹੋਊਗਾ, ਮੈਂ ਖੁਦ ਇੱਕ ਗੀਤਕਾਰ ਵੀ ਹਾਂ, ਮੇਰੇ ਕਿੰਨੇ ਹੀ ਗੀਤ ਡੰਮੀ ਛੱਡੋ ਐਣ ਪੂਰਾ ਸਾਰਾ ਕੁਛ ਹੋ ਕੇ ਵੀ ਮੇਰੇ ਫੋਨ 'ਚ ਹੀ ਪਏ ਹੋਣੇ, ਉਹ ਰਿਲੀਜ਼ ਕਰਨੇ ਈਜ਼ੀ ਖੇਡ ਨਹੀਂ ਹੁੰਦੀ, ਤਾਂ ਇੱਕ ਸਿੰਗਰ ਬਣਨਾ ਵੀ ਆਸਾਨ ਕੰਮ ਨਹੀਂ ਹੈਗਾ, ਜੇ ਫਿਲਮ ਕਹਿ ਲਈਏ ਫਿਲਮ ਇੱਕ ਵੱਡੀ ਚੀਜ਼ ਹੋ ਜਾਂਦੀ ਹੈ, ਗਾਣਾ ਵੀ ਇੱਕ ਆਪਣੇ ਆਪ 'ਚ ਵੱਡੀ ਚੀਜ਼ ਹੁੰਦਾ, ਤਾਂ ਜੇ ਕੋਈ ਸਿੰਗਰ ਚੰਗਾ ਐਕਟਰ ਹੈ ਜਾਂ ਚੰਗਾ ਐਕਟ ਕਰ ਸਕਦਾ ਤਾਂ ਉਹ ਤੋਂ ਐਕਟਿੰਗ ਵੀ ਕਰਾਈ ਜਾ ਸਕਦੀ ਹੈ, ਹਾਂ ਅਦਾਕਾਰੀ ਕੋਈ ਵੀ ਕਰ ਸਕਦਾ, ਅਦਾਕਾਰੀ ਕਿਸੇ ਦਾ ਹੈ ਨਾ ਖਾਨਾ ਖਜ਼ਾਨਾ ਨਹੀਂ ਹੈਗੀ, ਬਾਕੀ ਬਹੁਤ ਸੋਹਣੀ ਗੱਲ ਜਿਵੇਂ ਭਾਅ ਜੀ ਨੇ ਵੀ ਕਹੀ ਆ ਵੀ ਹਾਂ ਜਿਹੜੇ ਰੋਲ ਲਈ ਜਿਹੜਾ ਬੰਦਾ ਡਿਜ਼ਰਵਿੰਗ ਹੈ ਜੇ ਉਹਨੂੰ ਮਿਲ ਜੂਗਾ ਤਾਂ ਉਹ ਫਿਲਮ ਸਭ ਨੂੰ ਸੋਹਣੀ ਲੱਗੂਗੀ, ਅਦਰਵਾਈਜ਼ ਸਾਨੂੰ ਫਿਰ ਉਹ ਮਿੱਠੇ ਪੋਚੇ ਲਾ ਲਾ ਉਹਨੂੰ ਝੂਠਾ ਮੁੱਠਾ ਤਰੀਫਾਂ ਕਰ ਕਰਕੇ ਹੈ ਨਾ ਪੈਸੇ ਦੇ ਦੇ ਕੇ ਤੁਹਾਨੂੰ ਮੀਡੀਆ ਨੂੰ ਉਹਨਾਂ ਦੀਆਂ ਝੂਠੀਆਂ ਖਬਰਾਂ ਛਪਾਉਣੀਆਂ ਪੈਣਗੀਆਂ ਜੀ। ਥਿੰਕਸ ਆਈ ਵੁੱਡ ਰੀਅਲੀ ਲਾਈਕ ਟੂ ਐਪਰੀਸ਼ੀਏਟ ਕਿ ਉਹਦੇ ਵਿੱਚ ਸਕਰੀਨ ਪਲੇ ਅਤੇ ਮਤਲਬ ਪ੍ਰੀ ਪ੍ਰੋਡਕਸ਼ਨ 'ਚ ਜਿੰਨਾ ਵੀ ਵਰਕ ਹੋਇਆ ਅਤੇ ਬਹੁਤ ਬਰੀਕੀ ਨਾਲ ਕੰਮ ਕੀਤਾ ਗਿਆ ਜੋ ਦੇਖਦਾ, ਅਤੇ ਸ਼ੂਟ ਦਾ ਜਿਹੜਾ ਪ੍ਰੋਸੈਸ ਸੀਗਾ ਆਈ ਥਿੰਕ ਉਹ 2-3 ਕੋਸਟਿਊਮਸ ਦੇ ਵਿੱਚ ਹੀ ਆ ਅਤੇ ਆਪਣਾ ਜ਼ਿਆਦਾ ਉਹਦੇ ਵਿੱਚ ਕੋਈ ਬਾਹਲਾ ਕੋਈ ਤਾਮ ਝਾਮ ਨਹੀਂ ਹੈਗਾ, ਤਾਂ ਕਿੰਨੇ ਕੁ ਦਿਨ ਦੇ ਵਿੱਚ ਸ਼ੂਟ ਕੰਪਲੀਟ ਹੋ ਗਿਆ ਸੀ ਅਤੇ ਪ੍ਰੀ ਪ੍ਰੋਡਕਸ਼ਨ 'ਚ ਕਿੰਨਾ ਟਾਈਮ ਲੱਗਿਆ? ਦੇਖੋ ਜੀ, ਰਾਈਟਿੰਗ ਦੇ 7 ਕੁ ਮਹੀਨੇ ਲੱਗੇ ਸੀਗੇ, ਪਲਾਨ ਕਰਨ ਦੇ ਉੱਤੇ 3 ਕੁ ਮਹੀਨੇ ਲੱਗੇ ਸੀਗੇ, ਅਤੇ ਸ਼ੂਟ ਕਰ ਰਿਹਰਸ ਕਰਨ ਦੇ ਉੱਤੇ 2-3 ਹਫ਼ਤੇ ਰਿਹਰਸ ਕੀਤੀ ਹੈ ਸਾਰੀ ਫਿਲਮ, ਸਾਰਿਆਂ ਨੂੰ ਚੰਗੀ ਤਰ੍ਹਾਂ ਡਾਇਲੋਗਸ, ਮੇਰਾ ਇਹ ਸੀਗਾ ਕਿ ਇੱਕ ਵਾਰੀ ਸੀਨ ਕਰਨ ਤੋਂ ਪਹਿਲਾਂ ਸੈੱਟ ਦੇ ਉੱਤੇ ਜਾ ਕੇ ਉਹ ਡਿਸਕਸ਼ਨ ਨਹੀਂ ਹੋਣੀ ਚਾਹੀਦੀ, ਯੂ ਸ਼ੁੱਡ ਬੀ ਰੈਡੀ, ਤੁਹਾਨੂੰ ਉਹਦੀ ਮੈਂਟਲ ਸਟੇਟ ਪਤਾ ਹੋਣੀ ਚਾਹੀਦੀ ਹੈ, ਡਾਇਲੋਗ ਯਾਦ ਹੋਣੇ ਚਾਹੀਦੇ ਸਾਰੇ, ਅਤੇ ਅਸੀਂ 20 ਦਿਨ ਦਾ ਸ਼ੂਟ ਸੀਗਾ ਸਾਡਾ, ਅਤੇ ਫਿਰ ਉਸ ਤੋਂ ਬਾਅਦ ਤਕਰੀਬਨ 1.5 ਸਾਲ ਦਾ ਪੋਸਟ ਪ੍ਰੋਡਕਸ਼ਨ ਦਾ ਜਿਹੜਾ ਟਾਈਮ ਸੀ, 1.5-2 ਸਾਲ ਦਾ ਜਿੱਦਾਂ ਕਹਿ ਲਓ, ਅਤੇ ਕਾਫੀ ਟਾਈਮ ਟੇਕਿੰਗ ਪ੍ਰੋਸੈਸ ਸੀਗਾ, ਪਰ ਉਹਨੂੰ ਜਿਹੜੇ ਤਰੀਕੇ ਨਾਲ ਪ੍ਰੋਸੈਸ ਹੁੰਦਾ ਉਸੇ ਤਰੀਕੇ ਨਾਲ ਹੀ ਫੋਲੋ ਕੀਤਾ, ਚਾਹੇ ਸਾਡੀ ਪ੍ਰੋਡਕਸ਼ਨ ਵੱਡੀ ਸੀ ਜਾਂ ਛੋਟੀ ਸੀ, ਬਟ ਆਈ ਆਲਵੇਜ਼ ਕੰਸਿਡਰ ਕਿ ਇਹ ਚੀਜ਼ਾਂ ਤਾਂ ਫ੍ਰੀ ਹੁੰਦੀਆਂ ਨੇ, ਇਮਾਨਦਾਰੀ ਨਾਲ ਕੰਮ ਕਰਨਾ ਅਤੇ ਰਾਈਟਿੰਗ ਦੇ ਉੱਤੇ ਟਾਈਮ ਲਾਉਣਾ, ਪੇਪਰ ਪੈੱਨ ਨਾਲ ਕਿਸੇ ਪੈਸੇ ਨਹੀਂ ਲੱਗਦਾ ਉੱਤੇ, ਸੋ ਬੇਸਿਕ ਚੀਜ਼ਾਂ, ਬੇਸਿਕ ਬਿਲਡਿੰਗ ਬਲੋਕ ਜੇ ਵਧੀਆ
ਬਾਈ ਹੋਣੀ ਇੱਥੇ ਨਾਲ ਖੜੇ ਨੇ, ਹੋਰ ਅਮਰਦੀਪ ਗਿੱਲ ਹੋਣੀ ਵੀ ਰਹੇ ਨੇ, ਹੋਰ ਵੀ ਬਾਕੀ ਅਜੇ ਭਨੋੜ ਜੀ ਸਾਡੇ ਡਿਸਟ੍ਰੀਬਿਊਟਰ ਨੇ ਭਾਈ ਬਾਜੀ ਉਹਨਾਂ ਦੇ ਨਾਲ, ਸੋ ਉਹਨਾਂ ਸਾਰਿਆਂ ਦੀ ਹਾਰਡ ਵਰਕ ਆ ਕੇ ਅੱਜ ਤੱਕ ਅਸੀਂ ਇੱਥੇ ਆਏ ਹਾਂ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਜ਼ਰੂਰ ਪੁੱਛਾਂਗੀ ਕਿ ਜਦੋਂ ਫਸਟ ਟਾਈਮ ਆਈਡੀਆ ਦਿਮਾਗ ਦੇ ਵਿੱਚ ਆਇਆ ਸੀ ਅਤੇ ਅੱਜ ਸਕਰੀਨ 'ਤੇ ਵੇਖਿਆ, ਕਿੰਨਾ ਕੁ ਸਿਮਿਲਰ ਹੈ ਕਿ ਕਿੰਨਾ ਕੁ ਫਰਕ ਹੈ? ਡਿਟੋ ਹੈ ਜੀ ਉਹ, ਆਈ ਨੈਵਰ ਚੇਂਜ ਅ ਵਰਡ ਆਫ ਮਾਈ ਸਕ੍ਰਿਪਟ ਐਂਡ ਦੈਟ ਵਾਜ ਦਾ ਓਨਲੀ ਰੀਜ਼ਨ ਕਿ ਮੈਂ ਆਪਦੇ ਪੈਸੇ ਲਾਏ ਉੱਤੇ, ਬਿਕੋਜ਼ ਮੈਨੂੰ ਸੀਗਾ ਕਿ ਜੇ ਮੈਂ ਆਪਦੇ ਪ੍ਰੋਜੈਕਟ ਦੇ ਉੱਤੇ ਆਪ ਰਿਸਕ ਨਹੀਂ ਲੈ ਸਕਦਾ ਤਾਂ ਫਿਰ ਮੈਂ ਕਿਸੇ ਨੂੰ ਕਿਉਂ ਕਹਾਂ ਕਿ ਮੇਰੇ ਪ੍ਰੋਜੈਕਟ 'ਤੇ ਪੈਸੇ ਲਾਓ। ਤੁਸੀਂ ਦੱਸਿਆ ਕਿ ਜਿਵੇਂ ਵੱਖ ਵੱਖ ਪ੍ਰੋਡਿਊਸਰਸ ਦੇ ਕੋਲ ਵੀ ਗਏ ਸੀ ਅਤੇ ਉਹ ਨਵੇਂ ਆਰਟਿਸਟ ਕਰਕੇ ਜਾਂ ਫਿਰ ਇੱਕ ਵੱਡੇ ਚਿਹਰੇ ਹੋਣ ਨਾ ਕਰਕੇ ਉਹ ਪੈਸਾ ਲਾਉਣ ਨੂੰ ਤਿਆਰ? ਨਹੀਂ ਨਹੀਂ, ਉੱਥੋਂ ਤੱਕ ਤਾਂ ਗੱਲ ਪਹੁੰਚੀ ਨਹੀਂ, ਸਾਡੇ ਤਾਂ ਸਟੋਰੀ ਨਹੀਂ, ਮਤਲਬ ਮੈਂ ਕਹਿ ਲਓ ਕਿ ਕਨਵਿੰਸ ਨਹੀਂ ਕਰ ਪਾਇਆ ਉਹਨਾਂ ਨੂੰ ਕਿ ਇੱਦਾਂ ਹੈ, ਕਿਉਂਕਿ ਉਹਨਾਂ ਨੇ ਸ਼ਾਇਦ ਇਸ ਤੋਂ ਪਹਿਲਾਂ ਇਹਦੇ ਨਾਲ ਦਾ ਕੁਝ ਦੇਖਿਆ ਨਹੀਂ ਸੀ, ਤਾਂ ਜਿਹੜੀ ਚੀਜ਼ ਕਈ ਵਾਰੀ ਨਹੀਂ ਦੇਖੀ ਹੁੰਦੀ ਕਿਸੇ ਨੂੰ ਦਿਖਾਉਣੀ ਬਹੁਤ ਮੁਸ਼ਕਿਲ ਹੈ। ਸੋ ਆਈ ਹੋਪ ਕਿ ਜਦੋਂ ਹੁਣ ਫਿਲਮ ਨੂੰ ਦੇਖਣਗੇ ਤਾਂ ਉਹ ਰੀਅਲਾਈਜ਼ ਕਰਨਗੇ ਕਿ ਦਿਸ ਵਾਜ਼ ਵਟ ਆਈ ਮੈਂਟ ਫਰੋਮ ਦਿਸ, ਅਤੇ ਸ਼ਾਇਦ ਫਿਊਚਰ ਦੇ ਵਿੱਚ ਅਸੀਂ ਰਲ ਮਿਲ ਕੇ ਵਧੀਆ ਫਿਲਮਾਂ ਬਣਾ ਸਕਦੇ। ਨਵੀਂ ਚੀਜ਼ ਆਈ ਹੈ ਪੰਜਾਬੀ ਸਿਨੇਮਾ ਦੇ ਵਿੱਚ ਜਾਂਦੇ ਜਾਂਦੇ ਦਰਸ਼ਕਾਂ ਲਈ? ਬਹੁਤ ਸੋਹਣੀ ਚੀਜ਼ ਹੈ, ਕੁਛ ਫਿਲਮਾਂ ਮਹਿਜ਼ ਫਿਲਮਾਂ ਹੁੰਦੀਆਂ ਨੇ ਅਤੇ ਕੁਛ ਫਿਲਮਾਂ ਆਪਣੇ ਆਪ 'ਚ ਸਿਨੇਮਾ ਹੁੰਦੀਆਂ ਨੇ, ਅਤੇ ਇਹ ਫਿਲਮ ਉਹਨਾਂ 'ਚੋਂ ਆ, ਹਰੇਕ ਦਰਸ਼ਕ ਦੀ ਆਪਦੀ ਇੱਕ ਚੁਆਇਸ ਹੁੰਦੀ ਆ, ਅਤੇ ਕੁਛ ਬੰਦਿਆਂ ਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਨੇ ਕਿਉਂਕਿ ਇਹਦੇ ਅੰਦਰ ਕਈ ਅਧਿਆਏ ਨੇਗੇ, ਹੈ ਨਾ, ਵੀ ਜੇ ਤੁਸੀਂ ਕਦੇ ਨਾ ਕਦੇ ਯਾਰੀ ਦੋਸਤੀ ਦੀ ਵੀ ਇਹਦੇ 'ਚ ਬਹੁਤ ਸੋਹਣੀ ਡੈਫੀਨੇਸ਼ਨ ਆਈਆਂ ਨੇਗੀਆਂ, ਅਤੇ ਇੱਕ ਪਤੀ ਪਤਨੀ ਦੇ ਰਿਸ਼ਤੇ ਦੀਆਂ ਵੀ ਖੂਬਸੂਰਤ ਮੀਆਂ ਬੀਬੀ ਕਹਿ ਲਓ ਜਾਂ ਹਸਬੈਂਡ ਵਾਈਫ ਕਹਿ ਲਓ, ਅਤੇ ਸਭ ਤੋਂ ਹੈ ਨਾ ਬਿਜ਼ਨਸ ਦੇ ਵੀ ਕਈ ਪਹਿਲੂ ਸੀਗੇ, ਹੈ ਨਾ, ਜਿੱਦਾਂ ਫਿਲਮ ਦੇ ਬਾਹਰ ਵੀ ਬਿਜ਼ਨਸ ਹੁੰਦਾ, ਅੰਦਰ ਵੀ, ਅਤੇ ਜਿਹੜਾ ਕਾਲਾ ਬਾਜ਼ਾਰੀ, ਅਸੀਂ ਡਾਇਰੈਕਟ ਇਨਡਾਇਰੈਕਟ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਅਫੈਕਟਡ ਜ਼ਰੂਰ ਹੁੰਦੇ ਹਾਂ, ਅਤੇ ਇਹ ਬਹੁਤ ਸੋਹਣੀ ਫਿਲਮ ਆ, ਅਤੇ ਕੀ ਕਹਿੰਦੇ ਨੇ ਕਿ ਜੇ ਸੋਹਣੀ ਫਿਲਮ ਹੈ ਤਾਂ ਹੀ ਅਸੀਂ ਇੱਥੇ ਖੜ ਕੇ ਬਾਈਟ ਦੇ ਰਹੇ ਹਾਂ, ਅਦਰਵਾਈਜ਼ ਸਾਡੇ ਕੋਲ ਚੁਆਇਸ ਸੀ ਪਤਲੀ ਗਲੀ 'ਚੋਂ ਨਿਕਲਣੇ ਕੀ, ਅਤੇ ਬਹੁਤ ਸੋਹਣੀ ਫਿਲਮ ਹੈ, ਸਾਰੇ ਦਰਸ਼ਕਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਆ। ਕਾਲਾ ਬਾਈ ਪੈਸੇ ਹੁਣ ਉਹ ਗੱਡੀ 'ਚੋਂ ਚੱਕ ਲਈਏ ਜਾਂ ਫਾਰਮ ਹਾਊਸ? ਜੇ ਮੈਂ ਉਹ ਦਿਖਾਉਣਾ ਚਾਹੁੰਦਾ ਤਾਂ ਮੈਂ ਦਿਖਾ ਦਿੰਦਾ, ਸੋ ਇਟਸ ਸਟਿਲ ਲਾਈਕ ਆਈ ਡੋਂਟ ਨੋ ਕਿ ਵਟ ਹੈਪਨ ਆਫਟਰ ਦੈਟ, ਮੇ ਬੀ ਆਈ ਵਿਲ ਡਿਵੈਲਪ ਦੈਟ ਇਨ ਫਿਊਚਰ। ਹਾਂਜੀ, ਐਕਸਕਲੂਸਿਵਲੀ ਸੀਜ਼ਨ 2 ਆਊਗੀ, ਅਗਲੀ ਫਿਲਮ ਆਊਗੀ ਰੇਂਜ ਰੋਡ 9? ਵੀ ਨੈਵਰ ਨੋ ਐਕਚੁਅਲੀ, ਬਟ ਹੋਪਫੁਲੀ ਦੇ ਵਿਲ ਬੀ ਅਨਦਰ ਵਨ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ। ਸੋ ਹੁਣ ਸਾਡੇ ਨਾਲ ਲੈਜੈਂਡਰੀ ਐਕਟਰ ਯੋਗਰਾਜ ਸਿੰਘ ਜੀ ਮੌਜੂਦ ਨੇ, ਸਤਿ ਸ਼੍ਰੀ ਅਕਾਲ ਸਰ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਚੰਗਾ ਜੀ, ਲੋਹੜੀ ਦੀਆਂ ਬਹੁਤ ਵਧਾਈਆਂ, ਨਵੇਂ ਸਾਲ ਦੀਆਂ ਵਧਾਈਆਂ, ਸਾਰਿਆਂ ਨੂੰ ਬਹੁਤ ਵਧਾਈਆਂ ਜੀ। ਥੈਂਕ ਯੂ ਸੋ ਮਚ ਸਰ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਅਤੇ ਅੱਜ ਆਪਾਂ ਫਿਲਮ ਦੇ ਕਰਕੇ ਇਕੱਠੇ ਹੋਏ ਹਾਂ ਰੇਂਜ ਰੋਡ 290, ਨਵੇਂ ਬੰਦੇ ਨੇ, ਨਵੇਂ ਆਰਟਿਸਟ ਨੇ ਫਿਲਮ ਬਣਾਈ ਹੈ, ਅਤੇ ਕਿਹੋ ਜਿਹੀ ਲੱਗੀ ਹੈ, ਕਿਹੋ ਜਿਹਾ ਲੱਗਿਆ? ਮੈਂ ਕਿਹਾ ਜੀ ਕਮਾਲ ਕੀਤੀ ਪਈ ਹੈ, ਮਤਲਬ ਅਨਇਮੈਜਿਨੇਬਲ, ਕਿਆ ਮੁੰਡੇ ਨੇ ਕੰਮ ਕੀਤਾ ਹੈ, ਕਿਆ ਫਿਲਮ ਬਣਾਈ ਹੈ, ਕਿਆ ਸਕਰੀਨ ਪਲੇ ਹੈ, ਔਰ ਇੱਕ ਐਸਾ ਮੈਸੇਜ ਆਇਆ ਵੀ ਮਾੜੇ ਕੰਮਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਬੰਦੇ ਦੀ, ਔਰ ਮੈਂ ਫੀਲ ਕਰਦਾ ਕਿ ਇਹ ਗੱਲ ਕਿੰਨੀ ਸੱਚੀ ਬਣਦੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਨਾਮ ਜਪ ਕਿਰਤ ਕਰ ਵੰਡ ਛਕ, ਉਹਦੇ ਵਿੱਚ ਜੋ ਸਵਾਦ ਹੈ ਇਹ ਤਾਂ ਚੱਕਾ ਚਾਹੁੰਦਾ ਹੈ, ਪਰ ਲਾਈਫ ਜਿਹੜੀ ਹੈ ਉਹ ਬੜੀ ਬੇਕਾਰ ਹੈ। ਲੇਕਿਨ ਐਜ਼ ਅ ਫਿਲਮ, ਮਤਲਬ ਡਰੱਗਸ ਉੱਤੇ ਫਿਲਮ ਬਣਾਈ ਹੈ, ਕਮਾਲ ਬਣਾਈ ਹੈ, ਔਰ ਇੱਕ ਪੰਜਾਬੀ ਸਿਨੇਮਾ ਨੂੰ ਇੱਕ ਡਿਫਰੈਂਟ ਫਿਲਮ ਮਿਲੀ ਹੈ, ਮੈਂ ਸਮਝਦਾ ਵੀ ਮੁੰਡਿਆਂ ਨੇ ਵੀ ਕਮਾਲ ਕਰਤਾ, ਅਮੇਜ਼ਿੰਗ। ਅਸੀਂ ਅਕਸਰ ਦੇਖੀਦਾ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਗਾਣੇ ਵਿੱਚ ਅਸੀਂ ਕੈਨੇਡਾ ਅਮੈਰੀਕਾ ਦੇਖਦੇ ਹਾਂ, ਇੱਕ ਜਾਂ ਤਾਂ ਨੋਟੀ ਜਿਹਾ ਕੋਈ ਕਰੈਕਟਰਸ ਹੁੰਦੇ ਨੇ, ਜਾਂ ਤਾਂ ਉੱਥੇ ਮਜ਼ਾ ਦਿਖਾਇਆ ਜਾਂਦਾ ਜੋ ਸਟੂਡੈਂਟਸ ਦਾ ਹੁੰਦਾ, ਬਟ ਡਾਰਕ ਸਾਈਡ ਵੀ ਹੁਣ ਦਿਖਾਈ ਗਈ ਹੈ ਇਸ ਦੇ ਬਾਰੇ। ਦੇਖੋ, ਡਾਰਕ ਸਾਈਡ ਐਂਡ ਬ੍ਰਾਈਟ ਸਾਈਡ ਇੱਕ ਡਿਫਰੈਂਟ ਗੱਲ ਹੈਗੀ ਹੈ, ਇਹ ਰੱਬ ਦੀਆਂ ਬਣਾਈਆਂ ਚੀਜ਼ਾਂ, ਦਿਨ ਰਾਤ ਰੱਬ ਨੇ ਬ੍ਰਹਿਮੰਡ ਬਣਾਇਆ, ਇੰਗਲਿਸ਼ 'ਚ ਗੋਡ ਮੇਡ ਦੀ ਯੂਨੀਵਰਸ ਐਂਡ ਮੈਨ ਮੇਡ ਸਿਨੇਮਾ, ਬੰਦੇ ਨੇ ਬਣਾਇਆ ਸਿਨੇਮਾ, ਠੀਕ ਹੈ। ਹੁਣ ਤੁਸੀਂ ਉਹਨੂੰ ਡਾਰਕ ਸਾਈਡ ਲੈ ਲਓ, ਮੈਂ ਹਰ ਚੀਜ਼ ਨੂੰ ਪੋਜ਼ਿਟਿਵ ਲੈਣਾ ਕਿ ਤੁਸੀਂ ਉਹ 'ਚੋਂ ਕੀ ਮੈਸੇਜ ਲਿਆ, ਕੀ ਸਿੱਖਿਆ। ਤਾਂ ਸਿੱਖ ਇਹ ਹੈ ਕਿ ਮਾੜੇ ਕੰਮ ਮਾੜਾ ਨਤੀਜਾ, ਕੋਈ ਵੀ ਸੁਖੀ ਨਹੀਂ, ਨਾ ਘਰ ਦੇ ਸੁਖੀ, ਨਾ ਔਲਾਦ ਸੁਖੀ, ਨਾ ਤੁਸੀਂ ਸੁਖੀ। ਸੋ ਇੱਕ ਸਿੱਖਿਆ ਇਹ ਹੈ ਕਿ ਯਾਰ ਕੁਇਕ ਮਨੀ ਹੈ, ਮੈਂ ਤਾਂ ਐਂ ਕਰੂੰਗਾ, ਯੰਗਸਟਰਸ ਐਂ ਸੋਚਦੇ ਆ। ਸੋ ਮੈਂ ਸਮਝਦਾ ਯੰਗ ਜਨਰੇਸ਼ਨ ਵਾਸਤੇ ਇਹ ਬੜਾ ਵੱਡਾ ਮੈਸੇਜ ਹੈ ਕਿ ਭਾਈ ਜੋ ਕੁਛ ਰੱਬ ਨੇ ਦਿੱਤਾ ਉਹ 'ਚ ਖੁਸ਼ ਰਹੋ, ਅਤੇ ਮਿਹਨਤ ਕਰਕੇ ਆਪਦਾ ਪੈਸਾ ਕਮਾਓ, ਆਪਦਾ ਨਾਮ ਕਮਾਓ, ਕਿਉਂਕਿ ਸੱਚੇ ਰਾਹ ਚੱਲਦਿਆਂ ਉਸਤਤ ਕਰੇ ਜਾ ਗੱਲ ਇੰਨੀ। ਪੰਜਾਬੀ ਸਿਨੇਮਾ ਨੂੰ ਇਹੋ ਜਿਹੀਆਂ ਫਿਲਮਾਂ ਦੀ ਕਿੰਨੀ ਕੁ ਲੋੜ ਹੈ, ਅਤੇ ਇਹ ਫਿਲਮ ਦੇ ਨਾਲ ਹੋਰ ਇਹੋ ਜਿਹੀਆਂ ਫਿਲਮਾਂ ਬਣਨੀਆਂ ਸ਼ੁਰੂ ਹੋਣਗੀਆਂ ਤੁਹਾਨੂੰ? ਪੰਜਾਬੀ ਸਿਨੇਮਾ ਦੁਨੀਆ ਦੇ ਵਿੱਚ ਬਹੁਤ ਤਹਿਲਕਾ ਮਚਾ ਰਿਹਾ ਬੀਬਾ ਜੀ, ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ, ਅੱਜ ਕੱਲ੍ਹ ਬਾਲੀਵੁੱਡ ਨੂੰ ਕੋਈ ਨਹੀਂ ਪੁੱਛਦਾ, ਅੱਜ ਕੱਲ੍ਹ ਸਿਰਫ ਪੰਜਾਬੀ ਸਿਨੇਮਾ ਹੀ ਦੁਨੀਆ ਜਾ ਰਿਹਾ। ਮੈਂ ਸਾਰੀ ਸੈਰ ਕਰਕੇ ਕੈਨੇਡਾ ਘੁੰਮ ਕੇ ਆਇਆ, ਮੈਂ ਵੈਨਕੂਵਰ ਘੁੰਮਿਆ, UK ਗਿਆ, ਮੈਂ ਦੁਨੀਆ ਜਹਾਨ ਘੁੰਮ ਲਈ ਹੈ।
उत्थे अंग्रेज़ भी पंजाबी बोलन लग गए, पंजाबी गाने गाने लग गए। साडा जिहड़ा यूनिट सी अंग्रेज़ कैमरामैन सी, अंग्रेज़ लाइटां वाले सारे गोरी सी। ਉਹ ਸਤਿ ਸ਼੍ਰੀ ਅਕਾਲ, ਕੀ ਹਾਲ ਆ ਬਾਈ ਜੀ, ਹੋਰ ਠੀਕ ਠਾਕ ਹੋ? ਉਹ ਗਾਣੇ ਗਾ ਰਹੇ ਆ ਸਿੱਧੂ ਮੂਸੇਵਾਲੇ ਦੇ, ਦੂਜੇ ਮਾਣਕ ਦੇ। ਸੋ ਆਈ ਥਿੰਕ ਪੰਜਾਬੀ ਜਿੰਨੀ ਗਰੋ ਕਰ ਗਈ ਆ ਬਾਲੀਵੁੱਡ ਤਾਂ ਇੱਕ ਪਾਸੇ, ਹਾਲੀਵੁੱਡ ਦੇ ਬਰਾਬਰ ਚਲੀ ਗਈ ਹੈ। ਦਰਸ਼ਕਾਂ ਨੂੰ ਆਪਣੀ ਹਰ ਪੰਜਾਬੀ ਫਿਲਮ ਦੇਖਣੀ ਚਾਹੀਦੀ ਹੈ, ਸਾਡੀ ਮਾਂ ਬੋਲੀ ਹੈ, ਪੰਜਾਬ ਸਾਡੀ ਪੰਜਾਬੀ ਧਰਤੀ ਹੈ, ਔਰ ਇਸ ਮਾਂ ਬੋਲੀ ਦੀ ਅਸੀਂ ਨਹੀਂ ਦੇਖਾਂਗੇ ਤਾਂ ਫਿਰ ਗਾਣੇ ਦੇਖਣਗੇ ਆ ਕੇ। ਸੋ ਆਈ ਥਿੰਕ ਤੁਸੀਂ ਦੇਖੋ ਔਰ ਕ੍ਰਿਟੀਸਾਈਜ਼ ਘੱਟ ਕਰੋ, ਔਰ ਪਰ ਸ਼ਾਬਾਸ਼ੀ ਦਿਓ ਸਾਰਿਆਂ ਨੂੰ, ਸਾਰੇ ਐਕਟਰਾਂ ਨੂੰ, ਸਾਰੇ ਫਿਲਮ ਮੇਕਰ ਨੂੰ, ਕਿਉਂਕਿ ਉਹ ਅਟੈਂਪਟ ਕਰ ਰਹੇ ਆ। ਤੁਸੀਂ ਵੇਖਿਆ ਆਪਾਂ ਸਟਾਰਕਾਸਟ ਦੇ ਨਾਲ ਫਿਲਮ ਦੇ ਡਾਇਰੈਕਟਰ ਦੇ ਨਾਲ, ਪ੍ਰੋਡਿਊਸਰ ਦੇ ਨਾਲ ਗੱਲਾਂਬਾਤਾਂ ਵੀ ਕੀਤੀਆਂ ਅਤੇ ਹੋਰ ਵੀ ਜਿੰਨੇ ਇੱਥੇ ਸਟਾਰਸ ਪਹੁੰਚਣ ਨਾਲ ਵੀ ਗੱਲਬਾਤ ਕੀਤੀ ਹੈ। ਅਤੇ ਜੇ ਤੁਹਾਨੂੰ ਲੱਗਦਾ ਉਹਨਾਂ ਦੀ ਗੱਲਬਾਤ ਤੋਂ ਕਿ ਤੁਹਾਨੂੰ ਵੀ ਫਿਲਮ ਦੇਖਣ ਜਾਣਾ ਚਾਹੀਦਾ, ਅਤੇ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਲੱਗ ਚੁੱਕੀ ਹੈ ਫਿਲਮ ਰੇਂਜ ਰੋਡ 290। ਸੋ ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ, ਅਤੇ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹੋਈਆਂ ਵੀਡੀਓਜ਼ ਅਤੇ ਅਪਡੇਟਸ ਲਈ ਤੁਸੀਂ ਵੇਖਦੇ ਰਹੋ ਪੰਜਾਬੀ ਟੇਸ਼ਨ। ਧੰਨਵਾਦ।